ਮੁਸਲਿਮ ਭਰਾਵਾਂ ਦਾ ਰੋਜ਼ਾ ਖੁਲਵਾ ਰਿਹਾ ਗੁਜਰਾਤ ਪੁਲਿਸ ਦਾ ਇਹ ਸਿੱਖ ਜਵਾਨ ਸੁਖਵਿੰਦਰ ਸਿੰਘ ਪੂਰੇ ਰਾਜਕੋਟ ਵਿੱਚ ਭਾਈਚਾਰੇ ਦੀ ਮਿਸਾਲ ਬਣਿਆ ਹੋਇਆ ਹੈ ਲੋਕਾਂ ਵਿੱਚ ਪੁਲਿਸ ਦੇ ਅਖਸ਼ ਦੇ ਉਲਟ ਸੁਖਵਿੰਦਰ ਸਿੰਘ ਵੱਲੋਂ ਨਵਾਈ ਜਾ ਰਹੀ ਸੇਵਾ ਰਹੀਓ ਦਿਆਲਤਾ ਦੀ ਮਿਸਾਲ ਬਣੇ ਹਨ ਅਤੇ ਮੁਸਲਿਮ ਭਾਈਚਾਰੇ ਦਾ ਦਿਲ ਜਿੱਤ ਰਹੇ ਹਨ ਹਰ ਕਿਸੇ ਦੇ ਬੁੱਲਾਂ ਉੱਪਰ ਸੁਖਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਮਦਦ ਦਾ ਜ਼ਿਕਰ ਹੈ ਰੈੱਡ ਜ਼ੋਨ ਵਿੱਚ ਬਦਲੇ ਰਾਜਕੋਟ ਵਿੱਚ ਫਰੰਟ ਲਾਈਨ ਮੁਲਾਜ਼ਮਾਂ ਲਈ ਪੈਰ ਪੈਰ ਤੇ ਰਿਸਕ ਹੈ ਪਰ ਪੁਲਿਸ ਇੰਸਪੈਕਟਰ ਸੋ ਕੋਵਿੰਦਰ ਸਿੰਘ ਇਸ ਸਭ ਤੋਂ ਬੇਪਰਵਾ ਵੰਦਨਾ ਤੋਂ 16 ਘੰਟੇ ਇਥੇ ਡਿਊਟੀ ਨਿਭਾ ਰਹੇ ਹਨ ਸੁਖਵਿੰਦਰ ਸਿੰਘ ਜਗਲੇਸ਼ਵਰ ਇਲਾਕੇ ਵਿੱਚ ਬਤੌਰ ਇਨਸਪੈਕਟਰ ਤਾਇਨਾਤ ਹਨ ਜੋ ਪਿਛਲੇ 1 ਮਹੀਨੇ ਤੋਂ ਕੰਟੇਨਮੈਂਟ ਜ਼ੋਨ ਐਲਾਨਿਆ ਹੋਇਆ ਹੈ ਸਥਾਨਕ ਵਾਸੀਆਂ ਦਾ ਪੁਲਿਸ ਨਾਲ ਕਈ ਵਾਰ ਟਕਰਾਅ ਵੀ ਹੋਇਆ ਕਿਉਂਕਿ ਪੂਰੇ ਇਲਾਕੇ ਵਿੱਚ ਕਿਸੇ ਦੇ ਸੜਕਾਂ ਦੇ ਆਉਣ ਉੱਪਰ ਮੁਕੰਮਲ ਪਾਬੰਦੀ ਹੈ ਪਰ ਸੁਖਵਿੰਦਰ ਸਿੰਘ ਬੜੀ ਹਲੀਮੀ ਨਾਲ ਹਾਲਾਤਾਂ ਨੂੰ ਸੰਭਾਲ ਰਹੇ ਹਨ ਲੋਕਾਂ ਨਾਲ ਉਹਨਾਂ ਦਾ ਰابطਾ ਆਪਣਤ ਭਰਿਆ ਹੈ ਪਿਆਰ ਤੇ ਮੁਹੱਬਤ ਵਾਲਾ ਹੈ Hindu ਹੋਣ ਚਾਹੇ Muslim ਹਰ ਭਾਈਚਾਰੇ ਦੇ ਲੋਕ ਇਹ ਸਿੱਖ ਸਰਦਾਰ ਪੁਲਿਸ ਅਫਸਰ ਦੀ ਇੱਜ਼ਤ ਕਰਦੇ ਹਨ ਉਸ ਉੱਪਰ ਫੁੱਲਾਂ ਦੀ ਵਰਖਾ ਕਰਦੇ ਹਨ ਉਸ ਵਿੱਚੋਂ ਸੱਚਾ ਦੋਸਤ ਵੇਖਦੇ ਹਨ ਸੁਖਵਿੰਦਰ ਸਿੰਘ ਵੀ ਉਹਨਾਂ ਨਾਲ ਕਦੇ ਇਫਤਾਰ ਕਰਦੇ ਨਜ਼ਰ ਆਉਂਦੇ ਹਨ ਤਾਂ ਕਦੇ ਉਹਨਾਂ ਦੇ ਰੋਜ਼ੇ ਖਲਵਾਉਂਦੇ ਨਜ਼ਰ ਆਉਂਦੇ ਹਨ ਇੱਕ ਦੋਸਤ ਦੀ ਮਦਦ ਨਾਲ ਉਹ ਪੁਲਿਸ ਭਾਈ ਤਾਰੇ ਤੱਕ ਖਜੂਰਾਂ ਪਹੁੰਚਾ ਰਹੇ ਹਨ ਅਤੇ ਹੋਰ ਰਸਦ ਦਾ ਸਮਾਨ ਵੀ ਹਮੇਸ਼ਾ ਹੀ ਪਹੁੰਚਾਉਂਦੇ ਰਹੇ ਹਨ ਖੁਦ ਉਹਨਾਂ ਨਾਲ ਇਫਤਾਰ ਪਾਰਟੀ ਵੀ ਸ਼ਰੀਕ ਹੁੰਦੇ ਹਨ ਰਾਜਕੋਟ ਪੁਲਿਸ ਡਿਪਾਰਟਮੈਂਟ ਦੀ ਮਦਦ ਨਾਲ ਰੋਜ਼ਾਨਾ 10000 ਲੋਕਾਂ ਤੱਕ ਖਾਣਾ ਪਹੁੰਚਦਾ ਕੀਤਾ ਜਾਂਦਾ ਹੈ ਇਸ ਸਥਾਨਕ ਗੁਰਦੁਆਰਾ ਸਾਹਿਬ ਅਧੀਨ ਇੱਕ ਐਨਜੀਓ ਦੇ ਸਹਿਯੋਗ ਨਾਲ ਸੰਭਵ ਹੋ ਪਾਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇੱਕ ਪਰਮਾਤਮਾ ਦੀ ਔਲਾਦ ਹਾਂ ਪਿਆਰ ਹੀ ਸੱਚਾ ਧਰਮ ਹੈ ਜਿਸ ਨੂੰ ਮੈਂ ਮੰਨਦਾ ਹਾਂ ਕਿ ਤੁਸੀਂ ਕਿਸੇ ਨੂੰ ਪਿਆਰ ਦੇਵੋਗੇ ਤਾਂ ਜਵਾਬ ਵਿੱਚ ਤੁਹਾਨੂੰ ਪਿਆਰ ਮਿਲੇਗਾ ਇੱਕ ਸਥਾਨਕ ਦੁਕਾਨਦਾਰ ਵਰਦੀਸ਼ ਸ਼ਾ ਕਹਿੰਦੇ ਹਨ ਕਿ ਸੁਖਵਿੰਦਰ ਸਿੰਘ ਘਰ ਘਰ ਜਾ ਕੇ ਸਥਾਨਕ ਪ੍ਰਸ਼ਾਸਨ ਅਤੇ ਐਨ ਜੀਓ ਦੀ ਮਦਦ ਨਾਲ ਡੋਰ ਟੂ ਡੋਰ ਖਾਣਾ ਪਹੁੰਚਾ ਰਹੇ ਹਨ ਉਹ ਉਹਨਾਂ ਦੇ ਸੱਚੇ ਦੋਸਤ ਹਨ ਇਸ ਔਖੀ ਘੜੀ ਵਿੱਚ ਉਹਨਾਂ ਦੇ ਦੁੱਖ ਸੁੱਖ ਵਿੱਚ ਮਦਦ ਕਰ ਰਹੇ ਹਨ ਜ਼ਿਕਰ ਇਹ ਖਾਸ ਹੈ ਕਿ ਰਾਜਕੋਟ ਰੈੱਡ ਜ਼ੋਨ ਐਲਾਨਿਆ ਹੋਇਆ ਹੈ ਰੋਜ਼ਾਨਾ ਨਵੇਂ ਕੇਸਾਂ ਦੀ ਇਸ ਇਲਾਕੇ 'ਚੋਂ ਪਰਮਾਰ ਹੈ ਇੱਥੇ ਫਰੰਟ ਲਾਈਨ ਤੇ ਕੰਮ ਕਰਦੇ ਮੁਲਾਜ਼ਮਾਂ ਲਈ ਵੱਡਾ ਰਿਸਕ ਹੈ ਪਰ ਸੁਖਵਿੰਦਰ ਸਿੰਘ ਇਥੇ ਸਥਾਨਕ ਲੋਕਾਂ ਲਈ ਵੱਡੀ ਮਦਦ ਕਰ ਰਹੇ ਹਨ ਉਹਨਾਂ ਦੇ ਸੱਚੇ ਦੋਸਤ ਸਾਬਤ ਹੋ ਰਹੇ ਹਨ ਤੇ ਗਲੋਬਡਵਾਈਸ ਓਵਰਸੀਡ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਏ ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਤੇ ਬੱਚਾ ਦੇ ਵੀਜ਼ਾ ਐਲਓਆਰਸ ਐਸਓਪੀਸ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에ਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ